बिस्मिल्लाह रहमान रहीम सल्लू पंजाबी तरफों सल्लू पंजाबी फैमिली नू अस्सलाम वालेकुम सत श्री अकाल। उम्मीद करना वा तुसी हैरो आफियत दे नाल होवोगे। अज तुसी मैनू वेख के ते कन्फ्यूज ही हो गए होणे हो कि एनी इत्थे दुबई दे विच गर्मी पैंदी है ते सल्लू पंजाबी ने जिहड़ी है ना अपर लिया है ते आहो दा इक मकसद है वो इस वास्ते लिया है कि तुहानू अज जिहड़ा ना मैं सल्लू पंजाबी फैमिली नू जिहड़ा ना आया वा इत्थे माला फैमिलस इक दुबई दे विच इक माल है ओहदा नाम है माला फैमिलस ठीक है। तो उत्थे ना एक ओ वे बनाया है उन्होंने पार्क बनाया है जिहदा नाम है स्की दुबई ठीक है। तो उत्थे मैं लैके आया वा उत्थे जनाब जिहड़ा है ना -2 -1 जिहड़ा ना टैंपरेचर होंदा है ते इस वक्त जिहड़ा ना मैं ए अपर पाया है ताकि मैं अपनी सल्लू पंजाबी फैमिली नू जिहड़ा ना स्काई दुबई स्की दुबई का जिहड़ा ना पूरा जिहड़ा ना विजिट करवावा। आओ ए वेखो मैं वेखो सामने खड़ोता वा ए वेखो मेरे पिछे लिखे याद है ए वेखो ते गया ए वेखो ए मेरे पिछे लिखे याद है स्की दुबई ठीक है। तो अज मैं अपनी सल्लू पंजाबी फैमिली नू जिहड़ा ना इत्थे लैके जावांगा। आइयो अज पूरी डिटेल दे नाल जिहड़ा तुहानू विखाउणा वा। आइयो अल्लाह दा नाम लैके शुरू करो। पूरा ना मॉल टाइप भी बनाया है ठीक है ते नाल पार्क है सारा ठीक है। मैं अंदर आ गया वा स्की दुबई दे ते मैं हुण टिकट लैन जा रहा वा ठीक है। ते टिकट लैके ते फिर मैं अपनी सल्लू पंजाबी फैमिली नू जिहड़ा ना सारी डिटेल दे नाल जिहड़ा ना विखावांगा स्की दुबई दा पूरी डिटेल दे नाल जिहड़ा ना मैं विखावांगा। ते इह वेखो इह सामने जिहड़ा ना शूज वगैरह दे रैक बणे ने ठीक है। ਇੱਥੋਂ ਹੁਣ ਮੈਂ ਜਿਹਾ ਨਾ ਪਹਿਲੇ ਟਿਕਟ ਲੈਣਾ ਵਾ ਅਤੇ ਫਿਰ ਜਿਹਾ ਨਾ ਵਹਾਨਾ ਵਾ ਤੁਹਾਨੂੰ ਜਿਹਾ ਨਾ ਵਹਾ ਦੇਵਾਂ ਅੰਦਰੋਂ ਕਿ ਕੀ ਹੈ ਇੱਥੇ ਜਿਹਾ ਨਾ ਐਂਟਰੈਂਸ 'ਤੇ ਕੀ ਜਿਹਾ ਨਾ ਚੀਜ਼ਾਂ ਨੇ। ਇਹ ਵੇਖੋ ਸਾਹਮਣੇ ਜਿਹੜਾ ਨਾ ਇੱਥੇ ਸ਼ੂਜ਼ ਵਗੈਰਾ ਦੇ ਰੈਕ ਨੇ ਕਿ ਬੂਟ ਵਗੈਰਾ ਜਿਹਾ ਨਾ ਤੁਸੀਂ ਰੱਖ ਸਕਦੇ ਹੋ ਇੱਥੇ। ਇਹ ਵੇਖੋ ਲੋਕ ਜਿਹਾ ਨਾ ਬੂਟ ਵਗੈਰਾ ਜਿਹਾ ਨਾ ਚੇਂਜ ਕਰ ਰਹੇ ਨੇ ਇੱਥੇ ਅਤੇ ਨਾਲ ਆ ਬੂਟ ਵੀ ਪਏ ਨੇ ਕਾਫੀ ਠੰਡ ਹੈ ਠੀਕ ਹੈ। ਅਤੇ ਉਸ ਤੋਂ ਬਾਅਦ ਜਿਹੜਾ ਨਾ ਇਹ ਵੇਖੋ ਸਾਰੇ ਜਿਹੜੇ ਨਾ ਰੈਕ ਬਣਾਏ ਨੇ ਜਿਹਨਾਂ ਲੋਕਾਂ ਦੀਆਂ ਮੈਂਬਰਸ਼ਿਪਾਂ ਨੇ ਨਾ ਉਹ ਜੇ ਨਾ ਇੱਥੇ ਆ ਕੇ ਜਿਹੜਾ ਨਾ ਇੱਥੇ ਉਹਨਾਂ ਨੂੰ ਰੈਕ ਮਿਲਦੇ ਨੇ ਠੀਕ ਹੈ ਤਾਂ ਕਿ ਜਿਹੜਾ ਨਾ ਉਹ ਆਪਣਾ ਇੱਥੇ ਸਮਾਨ ਰੱਖ ਸਕਣ। ਉਹ ਵੇਖੋ ਸਾਹਮਣੇ ਜਿਹੜਾ ਲਿਖਿਆ ਹੈ ਠੀਕ ਹੈ ਸਾਹਮਣੇ ਲਿਖਿਆ ਹੈ ਸਕੀ ਸਕੂਲ ਮੀਟਿੰਗ ਪੁਆਇੰਟ ਕਿ ਜੇ ਸਕੀ ਦੁਬਈ ਹੈ ਨਾ ਇਹਦੇ ਵਿੱਚ ਜੇ ਨਾ ਉਹ ਵੀ ਸਕੂਲ ਵੀ ਬਣਾਇਆ ਉਹਨੇ ਨਾ ਕਿ ਲੋਕ ਜੇ ਨਾ ਬਰਫ਼ ਦੇ ਉੱਤੇ ਜਿਹੜੀ ਸਕੇਟਿੰਗ ਕਰਦੇ ਨੇ ਨਾ ਉਹਦੇ ਵਾਸਤੇ ਬਾਕਾਇਦਾ ਜੇ ਨਾ ਇੰਸਟਰਕਟਰ ਇਹਨਾਂ ਨੂੰ ਰੱਖੇ ਨੇ ਕਿ ਜੇ ਨਾ ਬੱਚਿਆਂ ਨੂੰ ਸਿਖਾਉਂਦੇ ਨੇ ਕਿ ਜਿਹੜੇ ਨਾ ਸਕੇਟਿੰਗ ਕਰੀ ਦੀ ਹੈ। ਤੁਹਾਨੂੰ ਵਹਾਨਾ ਵਾ ਸਕੂਲ ਦੇ ਪਾਸੇ ਵਾਲੇ ਲੈ ਕੇ ਜਾਂਦਾ ਵਾ ਅਤੇ ਉਹ ਤਾਂ ਵਹਾਨਾ ਵਾ ਇਹ ਵੇਖੋ ਇਹ ਜੇ ਇਹ ਵੇਖੋ ਸਕੀ ਸਕੂਲ ਜਿਹਾ ਨਾ ਇੱਥੇ ਵੇਖੋ ਸਾਰਾ ਜਿਹਾ ਨਾ ਇਹਨਾਂ ਨੇ ਬਣਾਇਆ ਹੈ ਉਹ ਵੇਖੋ ਬਸ ਹੈਲੋ ਹੈਲੋ ਹੈਪੀ ਨਿਊ ਈਅਰ ਥੈਂਕ ਯੂ। ਅਤੇ ਇਹ ਵੇਖੋ ਹੁਣ ਸਾਰੇ ਨਾ ਇੱਥੇ ਕਹਿ ਰਹੇ ਨੇ ਹੈਪੀ ਨਿਊ ਈਅਰ ਤੇ ਇਹ ਚੀਜ਼ ਵੇਖੋ ਬੜਾ ਮਜ਼ਾ ਆਉਂਦਾ ਹੈ। ਵੇਖੋ ਗਿਨੀਸ ਬੁੱਕ ਰਿਕਾਰਡ ਹੈ ਵੇਖਿਆ ਗਿਨੀਸ ਬੁੱਕ ਰਿਕਾਰਡ ਦਾ ਸਕੂਲ ਵਹਾ ਛੜਿਆ ਵੇ ਤੇ ਹੁਣ ਜਿਹਾ ਨਾ ਦੁਬਾਰਾ ਮੈਂ ਹੋਰ ਜਗ੍ਹਾ ਤੇ ਲੈ ਕੇ ਜਾਂਦਾ ਵਾ ਇਹ ਵੇਖੋ ਸਾਰਾ ਜਿਹੜਾ ਨਾ ਕਿਆ ਕਮਾਲ ਦਾ ਮਜ਼ਾ ਆ ਰਿਹਾ ਹੈ ਠੀਕ ਹੈ। ਵੇਖੋ ਇਹਨਾਂ ਨੇ ਤਸਵੀਰਾਂ ਵਗੈਰਾ ਜਿਹੜੀਆਂ ਨੇ ਲਈਆਂ ਨੇ ਠੀਕ ਹੈ ਇਹ ਤਸਵੀਰਾਂ ਵਗੈਰਾ ਫਰੇਮ ਵੀ ਕਰਦੇ ਨੇ ਗਲਾਸ ਵੀ ਬਣਾਉਂਦੇ ਨੇ ਅਤੇ ਉਸ ਤੋਂ ਬਾਅਦ ਜਿਹੜਾ ਸਿੰਦੀਆਂ ਵਗੈਰਾ ਠੀਕ ਹੈ ਪੂਰਾ ਇਹਨਾਂ ਨੇ ਸਟੋਰ ਬਣਾਇਆ ਆਦਾ ਵੇਖ ਸਕਦੇ ਹੋ ਪੂਰਾ ਸਟੋਰ ਬਣਾਇਆ ਹੈ। ਇਹ ਵੇਖੋ ਇਹ ਜੇ ਟਿਕਟ ਜੇ ਠੀਕ ਹੈ ਸਕੀ ਦੁਬਈ ਦੀ ਜਿਹੜੀ ਨਾ ਟਿਕਟ ਹੈ ਇਹ ਜਿਹਾ ਨਾ ਸਮਝ ਲਓ ਇੱਕ ਬੈਂਡ ਹੁੰਦਾ ਆ ਹੱਥ 'ਤੇ ਮੈਂ ਬੰਨਣਾ ਹੈ ਠੀਕ ਹੈ ਹੱਥ 'ਤੇ ਮੈਂ ਬੰਨ ਕੇ ਨਾ ਇਹ ਫਿਰ ਅੰਦਰ ਜਾਵਾਂਗਾ ਅਤੇ ਪਤਾ ਚੱਲੇਗਾ ਜੀ ਇਹ ਵਹਾਵਾਂਗਾ ਅਤੇ ਮੈਨੂੰ ਉਹ ਅੰਦਰ ਜਾਣ ਦੇਣਗੇ ਮੈਂ ਤੁਹਾਨੂੰ ਬੰਨ ਕੇ ਅਤੇ ਤੁਹਾਨੂੰ ਵਹਾਨਾ ਵਾਂ। ਇਹ ਵੇਖੋ ਸਾਰੇ ਜੇ ਨਾ ਇੱਥੇ ਬਰਫ਼ ਦੇ ਵਿੱਚ ਜਿਹਾ ਨਾ ਉਹ ਕਿਉਂਕਿ ਇੱਥੇ ਸਕੀ ਦੁਬਈ ਦੇ ਵਿੱਚ ਜਿਹਾ ਨਾ ਸਾਰਾ ਬਰਫ਼ਾਨੀ ਇਲਾਕਾ ਬਣਾਇਆ ਹੈ ਉਹਨਾਂ ਨੇ ਠੀਕ ਹੈ ਅਤੇ ਇੱਥੇ ਵੇਖੋ ਸਾਰੇ ਬਰਫ਼ ਵਾਸਤੇ ਜਿਹੜੇ ਨਾ
ਸ਼ੂਜ਼ ਵਗੈਰਾ ਨੇ ਠੀਕ ਹੈ ਆ ਵੇਖੋ ਸਾਰੇ ਜਿਹਨਾਂ ਦੇ ਹੱਕ ਲੱਗੇ ਨੇ ਹੁਣ ਅਸੀਂ ਵੀ ਇੱਥੋਂ ਜਿਹਾ ਨਾ ਸ਼ੂਜ਼ ਲਵਾਂਗਾ ਮੈਂ ਵੀ ਜਿਹਾ ਨਾ ਇੱਥੋਂ ਸ਼ੂਜ਼ ਲਵਾਂਗਾ ਸ਼ੂਜ਼ ਲੈ ਕੇ ਅਤੇ ਉਸ ਤੋਂ ਬਾਅਦ ਜੈਕਟ ਲੈ ਕੇ ਅਤੇ ਫਿਰ ਜਾਣਾ ਜੀ ਇਹ ਵੇਖੋ ਮੈਨੂੰ ਜਿਹਾ ਨਾ ਹੁਣ ਸ਼ੂਜ਼ ਅਤੇ ਉਸ ਤੋਂ ਬਾਅਦ ਜਿਹਾ ਨਾ ਜੈਕਟ ਮਿਲ ਗਈ ਹੈ ਠੀਕ ਹੈ ਇਹ ਜਿਹਾ ਨਾ ਮੈਂ ਹੁਣ ਪਾ ਕੇ ਅਤੇ ਫਿਰ ਜਿਹਾ ਨਾ ਅੰਦਰ ਜਾਵਾਂਗਾ ਅਤੇ ਤੁਹਾਨੂੰ ਵਿਖਾਉਣਾ ਮੈਂ ਚੇਂਜਿੰਗ ਰੂਮ ਬਣਾਇਆ ਹੈ ਠੀਕ ਹੈ ਮਰਦ ਬੰਦਿਆਂ ਵਾਸਤੇ ਅਤੇ ਹੁਣ ਮੈਂ ਅੰਦਰ ਜਾਵਾਂਗਾ ਅੰਦਰ ਜਾ ਕੇ ਨਾ ਚੇਂਜ ਕਰਾਂਗਾ ਆਪਣੇ ਸ਼ੂਜ਼ ਪਾਵਾਂਗਾ ਅਤੇ ਨਾਲ ਨਾਲ ਰੈਕ ਲਵਾਂਗਾ ਜਿਹੜੇ ਮੇਰੇ ਕੱਪੜੇ ਛੱਪੜੇ ਨੇ ਉਹਨਾਂ ਨੂੰ ਮੈਂ ਉੱਥੇ ਰੱਖਾਂਗਾ ਇਹ ਵੇਖੋ ਬਕਾਇਦਾ ਜੇ ਇਹਨਾਂ ਰੈਕ ਬਣੇ ਨੇ ਠੀਕ ਹੈ ਇੱਥੇ ਹੁਣ ਜਿਹੜਾ ਮੈਂ ਇੱਕ ਰੈਕ ਲਵਾਂਗਾ ਉੱਥੇ ਮੈਂ ਜਿਹੜੀਆਂ ਚੀਜ਼ਾਂ ਰੱਖਾਂਗਾ ਹੁਣ ਫਾਰ ਇਗਜ਼ਾਮਪਲ ਇਹ ਮੇਰਾ ਰੈਕ ਹੈ ਠੀਕ ਹੈ ਇਹ ਮੈਂ ਹੁਣ ਇੱਥੇ ਆਪਣੇ ਚੀਜ਼ਾਂ ਰੱਖਾਂਗਾ ਠੀਕ ਹੈ ਅਤੇ ਉਸ ਤੋਂ ਬਾਅਦ ਜਿਹੜਾ ਹੁਣ ਮੈਂ ਪਾ ਕੇ ਜਿਹੜੇ ਮੇਰੇ ਦੂਸਰੀਆਂ ਚੀਜ਼ਾਂ ਸਪੇਅਰ ਚੀਜ਼ਾਂ ਹੋਣਗੀਆਂ ਮੈਂ ਇੱਥੇ ਰੱਖ ਦਾਂਗਾ ਠੀਕ ਹੈ ਚਲੋ ਮੈਂ ਰੱਖਣਾ ਵਾ ਫਿਰ ਤੁਹਾਨੂੰ ਵਿਖਾਉਂਦਾ ਉਹ ਵੀ ਲਾਣਾ ਪੈਣਾ ਕਿਉਂਕਿ ਇਹਦੇ ਵਿੱਚ ਜਿਹੜਾ ਮੈਂ ਛੋਟੀਆਂ ਛੋਟੀਆਂ ਜਰਾਬਾਂ ਪਾਈਆਂ ਨੇ ਠੀਕ ਹੈ ਜਰਾਬਾਂ ਇੱਥੇ ਰੱਖਦੇ ਆ ਠੀਕ ਹੈ ਇਹਦਾ ਨਾਲ ਵੀ ਜਰਾਬਾਂ ਮਿਲੀਆਂ ਨੇ ਠੀਕ ਹੈ ਕੋਈ ਗੱਲ ਨੀ ਛੋਟੀਆਂ ਨੇ ਵੱਡੀਆਂ ਨੇ ਕੋਈ ਮਸਲਾ ਨੀ ਸੈਰ ਤੇ ਗਈਆਂ ਨੇ ਇਹ ਵੀ ਛੋਟੀਆਂ ਹੀ ਨੇ ਉਹ ਹੀ ਸੈਰ ਨੇ ਠੀਕ ਹੈ ਹੁਣ ਜੇ ਅਸੀਂ ਇਹ ਵੇਖੋ ਇਹ ਨੇ ਸਕੇਟਿੰਗ ਸ਼ੂਜ਼ ਇਹ ਬਹੁਤੇ ਭਾਰੇ ਨੇ ਇਹ ਨੀ ਮੈਂ ਪਾਉਣੇ ਭਾਰੇ ਨੇ ਇਹ ਪਾਉਂਦੇ ਅਸੀਂ ਦੂਸਰੇ ਛੋਟੀਆਂ ਨਵੀਆਂ ਜਰਾਬਾਂ ਦੇ ਦਿੰਦੇ ਨਾ ਇੱਥੇ ਵੇਖੋ ਹੁਣ ਜਿਹੜੀ ਮੈਂ ਜਰਾਬ ਪਾ ਲਈ ਹੈ ਨਾ ਇਹ ਜਰਾਬ ਸੁੱਟ ਦੇਣੀ ਉਹਨਾਂ ਨੇ ਸ਼ੂਜ਼ ਨਹੀਂ ਸੁੱਟਣ ਲੱਗੇ ਸ਼ੂਜ਼ ਨਾਲ ਨਾ ਸੈਨੀਟਾਈਜ਼ ਕਰ ਦਿੰਦੇ ਨੇ ਅਤੇ ਜਿਹਾ ਨਾ ਮੈਂ ਪਾਤਾ ਲੋ ਜੀ ਪੈ ਰਹੇ ਨੇ ਥੋੜ੍ਹੇ ਥੋੜ੍ਹੇ ਟਾਇਟ ਨੇ ਪਰ ਕੀ ਕਰੀਏ ਪਾਣੇ ਤਾਂ ਹੈ ਹੈਗਾ ਹੁਣ ਮੈਂ ਇੱਥੋਂ ਆਪਣੀ ਵਾਰ ਚੇਂਜ ਕਰਦਾ ਵਾ ਮੈਂ ਆਪਣੀ ਚੇਂਜ ਕਰ ਲਈ ਜਿਹੜੀ ਮਿਲੀ ਸੀ ਨਾ ਉਹ ਪਾ ਲਾ ਕੀਤੀ ਹੁੰਦੀ ਟਰੋਜ਼ਰ ਵੀ ਗਏ ਟਰੋਜ਼ਰ ਵੀ ਮਿਲੇ ਆ ਟਰੋਜ਼ਰ ਵੀ ਅਤੇ ਉਸ ਤੋਂ ਬਾਅਦ ਜੈਕਟ ਵੀ ਲਓ ਜੀ ਅਸੀਂ ਜੈਕਟ ਪਾਉਂਦੇ ਹਾਂ ਬੂਟ ਪਾ ਲਏ ਨੇ ਟਰੋਜ਼ਰ ਬਾਅਦ ਚ ਪਾਈਦਾ ਚਲੋ ਕੋਈ ਨੀ ਟਰੋਜ਼ਰ ਪਾ ਲੈਂਦੇ ਹਾਂ ਟਰੋਜ਼ਰ ਉੱਤੇ ਹੀ ਪਾ ਲਾਂਗੇ ਉੱਤੇ ਹੀ ਪਾ ਲੈਂਦੇ ਹਾਂ ਸਿਰਫ ਜਿਆਦਾ ਧੰਦਾ ਇੰਨਾ ਕੁ ਐਕਸਾਈਟਿਡ ਹੋਇਆ ਵਾ ਪਹਿਲੇ ਬੂਟ ਪਾ ਕੇ ਦੋ ਦਿਨ ਦਾ ਪਤਾ ਕੋਈ ਆਈ ਕੈਨ ਫੀਲ ਅਪ ਦਿਸ ਔਰ ਨੋ
बटन के लगने बटना कोई नहीं समझ आ रही चलो खैर एनजी पा लेने फूट पा लेंगे फिर दोबारा कि बड़ा एक्साइटेड हो गया वहां समझ नहीं आ रही है लो जी पे बूट एक सह जरा चढ़ जाता है बुढ़े हो गए हैं लो जी पै गए फिर शूज पै गए फुल निग्गा हो गया वा जी गर्मी नहीं सही होती फुल गर्मी लग रही है इस टाइम पे पर कोई नहीं अंदर जाना फुल ठंड है लाकर बनाए ने ना इतने ना स्कैन कोड जो ना बनया है ठीक है वो असि उन्हें अटैच करा गे ठीक है तो फिर जो लाकर जो ना ओपन हो जाएगा अगर उन्होंने बंद करना है क्लिक कर देंगे बंद हो जाएगा तो ए तो बगैर नहीं खुलेगा ए तो बगैर या सिक्योरिटी तो बगैर नहीं खुलता है ना ਇੱਥੇ ਸਕੈਨ ਕਰੀਦਾ ਹੈ ਠੀਕ ਹੈ ਸਕੈਨ ਕਰਕੇ ਤੇ ਫਿਰ ਜੇ ਨਾ ਲਾਕਰ ਖੁੱਲਦਾ ਉਸ ਬਗੈਰ ਲਾਕਰ ਨਹੀਂ ਖੁੱਲਦਾ ਕਿਆ ਕਮਾਲ ਦੀ ਚੀਜ਼ ਰੱਖੇ ਤੁਸੀਂ ਮੋਬਾਈਲ ਜੋ ਮਰਜ਼ੀ ਰੱਖ ਸਕਦੇ ਹੋ ਤੇ ਮੈਂ ਆਪਣੇ ਮੋਬਾਈਲ ਵਗੈਰਾ ਚਾਬੀਆਂ ਬਟਵਾ ਵਗੈਰਾ ਸਾਰਾ ਕੁਛ ਰੱਖ ਛੜਿਆ ਠੀਕ ਹੈ ਹੁਣ ਚੱਲਦੇ ਹਾਂ ਤੇ ਬਹਾਨਾ ਵਾ ਆਈਓ ਅਸੀਂ ਅੰਦਰ ਆ ਗਏ ਹਾਂ ਬਾਰਕੋਡ ਤੇ ਟਾਈਮ ਲੱਗਣ ਦਿਆ ਹੀ ਪਿਆ ਤੇ ਉਹ ਕਹਿੰਦਾ ਐਂਜੀ ਟੁੱਟ ਜਾਓ ਅੰਦਰ ਠੀਕ ਹੈ ਤੇ ਮੈਂ ਹੁਣ ਅੰਦਰ ਜਾ ਰਿਹਾ ਵਾਂ ਠੀਕ ਹੈ ਤੁਹਾਨੂੰ ਬਹਾਨਾ ਵਾ ਸਾਰਾ ਕਿਆ ਕਮਾਲ ਦਾ ਲੇਕਿਨ ਅੰਦਰ ਠੰਡ ਹੈ ਤੇ ਮੈਨੂੰ ਪਸੀਨੇ ਛੁੱਟਣ ਦੇ ਨੇ ਪਏ ਤੇ ਕੋਈ ਅੰਦਰ ਹਲੇ ਬਹੁਤ ਠੰਡ ਹੈ ਵੇਖੋ ਕਿਆ ਕਮਾਲ ਦੀ ਜਿਹੜੀ ਐਂਡਰੂ ਪੂਰਾ ਕਿਉਂਕਿ ਨਵਾਂ ਨਿਊ ਈਅਰ ਹੈ ਨਾ ਤੇ ਕ੍ਰਿਸਮਿਸ ਵੀ ਸੀ ਨਾਲੇ ਤੇ ਉਹਦੀ ਵਜ੍ਹਾ ਨਾਲ ਸਾਰਾ ਬੜਾ ਸਜਾਇਆ ਨੇ ਤੁਹਾਨੂੰ ਬਹਾਨਾ ਸਾਰੇ ਕ੍ਰਿਸਮਿਸ ਟ੍ਰੀ ਲਾਏ ਨੇ ਕ੍ਰਿਸਮਿਸ ਟ੍ਰੀ ਵੀ ਲਾਏ ਨੇ ਠੀਕ ਹੈ ਉੱਥੇ ਲਾਈਟਾਂ ਵਗੈਰਾ ਲਾਈਆਂ ਨੇ ਠੀਕ ਹੈ ਐ ਵੇਖੋ ਸਾਹਮਣੇ ਮੈਨ ਬਣਾਇਆ ਤੇ ਹੁਣ ਮੈਂ ਉੱਤੇ ਜਾ ਰਿਹਾ ਵਾਂ ਠੀਕ ਹੈ ਤੇ ਉੱਤੋਂ ਜਾਣਾ ਜਾ ਕੇ ਸਾਰਾ ਬਹਾਨਾ ਵਾ ਮੈਨੂੰ ਤੇ ਸੱਚੀ ਪੁੱਛੋ ਨਾ ਮੈਨੂੰ ਤੇ ਇੰਝ ਤੇ ਪਸੀਨਾ ਆ ਰਿਹਾ ਹੈ ਲੋਕੀ ਠੰਡ ਨਾਲ ਪਾਗਲ ਹੁੰਦੇ ਨੇ ਮੈਨੂੰ ਪਸੀਨਾ ਆ ਰਿਹਾ ਵੇ ਠੀਕ ਹੈ ਲੇਕਿਨ ਅੰਦਰ ਬੇਹਿਸਾਬ ਠੰਡ ਹੈ -2 ਬਰਫ਼ ਪੈਂਦੀ ਹੈ ਠੀਕ ਹੈ ਐ ਵੇਖੋ ਐ ਸੁਬਾਹ ਜਾਣਾ ਸਕੈਟਿੰਗ ਵਗੈਰਾ ਨੇ ਜਿਹੜਾ ਨਾ ਛੜੀਆਂ ਨਹੀਂ ਹੁੰਦੀਆਂ ਉਹ ਤੁਸੀਂ ਲੈ ਸਕਦੇ ਹੋ ਇੱਥੋਂ ਠੀਕ ਹੈ ਇਹ ਵੇਖੋ ਜਨਾਬ ਹੋਈ ਸਾਰੇ ਜੇ ਨਾ ਸਕੈਟਿੰਗ ਵਗੈਰਾ ਕਰਕੇ ਆਏ ਨੇ ਠੀਕ ਹੈ ਉਹ ਆਪਣੇ ਉੱਥੇ ਸਕੈਟਿੰਗ ਲਾਉਣ ਲੱਗੇ ਨੇ ਠੀਕ ਹੈ ਤੇ ਹੁਣ ਅਸੀਂ ਅੰਦਰ ਵੜਨ ਲੱਗੇ ਆ ਲੋ ਜੀ ਇਹ ਅੰਦਰ ਵੜ ਚੱਲੇ ਜੇ ਠੀਕ ਹੈ ਲੋ ਜੀ ਇਹ ਅੰਦਰ ਆ ਗਿਆ ਮੈਂ ਲੋ ਜੀ ਆਲਰੇਡੀ ਜੇ ਨਾ ਮੈਂ ਆ ਗਿਆ ਅੰਦਰ ਠੀਕ ਹੈ ਇਹ ਵੇਖੋ ਧੂਆਂ ਵੀ ਨਿਕਲ ਰਿਹਾ ਫੁੱਲ ਠੰਡ ਹੈ ਇੱਥੇ ਇਹ ਵੇਖੋ ਤੁਹਾਨੂੰ ਮਹਾਨਾ ਵਾ ਇਹ ਵੇਖੋ ਇਹ ਬਰਫ਼ ਹੈ ਬਰਫ਼ ਠੀਕ ਹੈ ਸਹਿਰਾ ਦੇ ਵਿੱਚ ਦੁਬਈ ਦੇ ਵਿੱਚ ਜੇ ਨਾ ਬਰਫ਼ ਪਈਦੀ ਹੈ ਠੀਕ ਹੈ ਤੇ ਮੈਂ ਵੀ ਇੰਜੋਏ ਕਰਨਾ ਵਾ ਨਾਲੇ ਮੈਂ ਆਪਣੀ ਸੱਲੂ ਪੰਜਾਬੀ ਫੈਮਿਲੀ ਨੂੰ ਮਹਾਨਾ ਵਾ ਸਾਰਾ ਕੁਛ ਪਿੱਛੇ ਵੀ ਵੇਖੋ ਠੀਕ ਹੈ ਇਹ ਵੇਖੋ ਪਿੱਛੇ ਵੇਖੋ ਇਹ ਸਾਰੀ ਜਿਹੜੀ ਇਹਨਾਂ ਨੇ ਢਲਵਾਨ ਬਣਾਈ ਹੈ ਕਿ ਥੱਲੇ ਤੁਸੀਂ ਆ ਸਕਦੇ ਹੋ ਠੀਕ ਹੈ ਸਕੈਟਿੰਗ ਕਰਦੇ ਨੇ ਲੋਕੀ ਠੀਕ ਹੈ ਮੈਂ ਤਾਂ ਸਕੈਟਿੰਗ ਕਰਨ ਤੋਂ ਰਿਹਾ ਐਵੇਂ ਕਿਤੇ ਲੱਤ ਬਾਨਾ ਭਨਵਾ ਕੇ ਬਹਿ ਹਾਂ ਠੀਕ ਹੈ ਲੇਕਿਨ ਅੱਜ ਨਾ ਆਪਣੀ ਸੱਲੂ ਪੰਜਾਬੀ ਫੈਮਿਲੀ ਨੂੰ ਜਿਹੜਾ ਸਾਰੀ ਡਿਟੇਲ ਦੇ ਨਾਲ ਜਿਹੜਾ ਸਕਾਈ ਸਕੀ ਦੁਬਈ ਜਿਹੜਾ ਨਾ ਵਿਖਾਵਾਂ ਸਕਾਈ ਦੁਬਈ ਸਕੀ ਦੁਬਈ ਮੈਂ ਜਿਹੜਾ ਨਾ ਭੁੱਲ ਜਾਣਾ ਵਾਰ ਵਾਰ ਤੇ ਤੁਸੀਂ ਸਕੀ ਦੁਬਈ ਸਮਝ ਕੇ ਜਾਣਾ ਵੇਖੋ ਠੀਕ ਹੈ ਸਕਾਈ ਦੁਬਈ ਸਕੀ ਦੁਬਈ ਇੱਕੋ ਹੀ ਲਫ਼ਜ਼ ਨਿਕਲ ਆਉਂਦਾ ਠੀਕ ਹੈ ਤੁਹਾਨੂੰ ਵਿਖਾਉਣਾ ਸਹੀ ਹੁਣ ਵੇ ਅੱਗੇ ਪਸੀਨੇ ਛੁੱਟਣ ਦੇ ਹਨ ਵੇ ਹੁਣ ਠੰਡ ਲੱਗਣ ਦੀ ਹੈ ਬਈ ਤੇ ਚਲੋ ਕੋਈ ਨਹੀਂ ਤੁਹਾਨੂੰ ਵਿਖਾਉਣਾ ਵਾ ਸਾਰਾ ਇਹ ਵੇਖੋ ਉਸ ਤੋਂ ਬਾਅਦ ਜੀ ਇਹਨਾਂ ਨੇ ਕ੍ਰਿਸਮਿਸ ਟ੍ਰੀ ਲਾਇਆ ਹੈ ਠੀਕ ਹੈ ਕ੍ਰਿਸਮਿਸ ਟ੍ਰੀ ਉਸ ਤੋਂ ਬਾਅਦ ਸਾਰਾ ਵੇਖੋ ਸਾਰਾ ਜਿਹੜਾ ਨਾ ਇੱਕ ਹਿਸਾਬ ਦਾ ਪਾਰਕ ਬਣਾਇਆ ਹੈ ਠੀਕ ਹੈ ਕਿ ਤੁਸੀਂ ਜੇ ਨਾ ਵੇਖੋ ਲੋਕੀ ਇੱਥੇ ਜੇ ਨਾ ਸਕੀਟਿੰਗ ਵੀ ਕਰਦੇ ਨੇ ਇਹ ਵੇਖੋ ਇਹ ਵੇਖੋ ਸਾਰੇ ਜਿਹੜੇ ਨਾ ਬੰਦੇ ਆ ਕੇ ਨਾ ਇੱਥੇ ਸਕੈਟਿੰਗ ਕਰਦੇ ਨੇ ਠੀਕ ਹੈ ਉਹ ਵੇਖੋ ਲਿਖੀ ਚੇਅਰ ਲਿਫਟ ਇੱਥੇ ਚੇਅਰ ਲਿਫਟ ਵੀ ਹੈ ਵੇ ਹੁਣ ਅਸੀਂ ਚੇਅਰ ਲਿਫਟ 'ਚ ਵੀ ਜਾ ਕੇ ਮੈਂ ਬਵਾਂਗਾ
ठीक है, अपनी सलू पंजाबी फैमिली नूं जिहना चेयर लिफ्ट भी वहावांगा इंशाला। आइयो लो जी, आ मैं हुण जा रहा वा। ठीक है, ए जी ए वेखो वहाना वा, ओ जिहड़ी दूसरी साइड है ना, ए वाली साइड है, ए वे जिहड़े लोकी स्केटिंग वगैरा करदे ना उहनां वास्ते, ते ए जिहड़ी है ना ए दूसरी है जिहदे स्केटिंग नहीं करनी, उंज जिहा ना जाणा वे, ते इत्थे हुण जाणे आ। ठीक है, ते अंदर जिहा ना वहाने आ। ठीक है, मैं तुहानूं वहाना वा। हाय ए वेखो लोकी इत्थे उहदे नाल वी जिहा ना लै रहे ने, ए वेखो इत्थे लोकी घीसियां लै रहे ने, ਘੀਸੀਆਂ ਲੈ ਰਹੇ ਨੇ, ਆ ਵੇਖਿਓ ਘੀਸੀਆਂ ਜਿਹੜੀਆਂ ਘੀਸੀਆਂ ਦਾ ਮਰਾਜ ਟੂਬ ਦੇ ਟਾਇਰ ਦੇ ਉੱਤੇ ਜਿਹਾ ਨਾ ਟਾਇਰ ਦੇ ਉੱਤੇ ਬਹਿ ਕੇ ਤੇ ਥੱਲੇ ਤੱਕ ਜਾਂਦੇ ਨੇ। ਠੀਕ ਆ ਵੇਖਿਓ, ਜਾਏਗੀ ਹੁਣ ਤੇ ਤੁਹਾਨੂੰ ਵਹਾਨਾ ਵਾ ਬੱਚੇ। ਠੀਕ ਹੈ, ਆ ਵੇਖਿਓ ਲੋ ਜੀ ਆ ਚੱਲੇ ਜੀ, ਇਹ ਚੱਲੇ ਨੇ, ਇਹ ਵੇਖਿਓ ਇਹ ਹੈ ਇਹ ਕਿਆ ਕਮਾਲ ਦੀ ਜਿਹੜਾ ਘੀਸੀਆਂ ਲੈ ਰਹੇ ਨੇ, ਇਹ ਕਿਆ ਕਮਾਲ ਦੀ ਚੀਜ਼ ਬਣਾਈ ਨੇ। ਹੈਲੋ ਹਾਏ, ਵੇਖਿਆ ਇਹ ਜੇ ਮਜ਼ਾ ਇੱਥੇ, ਇਹ ਜਿਹੜਾ ਲੋਕੀ ਮੈਂ ਹੁਣ ਵਲੌਗ ਬਣਾਉਣ ਦਿਆ ਨਾ, ਲੋਕੀ ਜਿਹੜਾ ਇੰਜੋਏ ਆਪ ਵੀ ਕਰਦੇ ਨੇ। ਠੀਕ ਹੈ, ਤੇ ਮੈਨੂੰ ਵੀ ਆਪ ਵੀ ਬੜਾ ਮਜ਼ਾ ਆ ਰਿਹਾ। ਠੀਕ ਹੈ, ਆਹ ਠੰਡ ਲੱਗ ਰਹੀ ਜੇ ਸਾਰੇ ਠੰਡ, ਇਹ ਵੇਖੋ ਇਹ ਜੇ ਇਹ ਲਿਖਿਆ ਦਾ ਚੇਅਰ ਲਿਫਟ ਐਂਟਰੀ। ਲੋ ਜੀ ਅਸੀਂ ਹੁਣ ਆ ਗਏ ਹਾਂ ਚੇਅਰ ਲਿਫਟ ਵਾਲੇ ਪਾਸੇ ਆਏ, ਜ਼ਿੰਦਗੀ ਚ ਮੈਂ ਜਿਹਾ ਨਾ ਪਹਿਲੀ ਵਾਰੀ ਜਿਹਾ ਨਾ ਚੇਅਰ ਲਿਫਟ ਦੇ ਉੱਤੇ ਬਹਿਣ ਲਗਾਵਾਂ। ਵੇਖੋ ਪਾਕਿਸਤਾਨ ਦੇ ਮੈਂ ਕਦੀ ਬਹਿ ਨਹੀਂ ਸਕਿਆ, ਲੇਕਿਨ ਮੈਂ ਇੱਥੇ ਬਹਿਣ ਲਗਾਵਾਂ। ਇੱਕ ਵਾਰੀ ਗਿਆ ਮੈਂ ਪਿਛਲੇ ਸਾਲ ਉੱਥੇ ਗਿਆ ਹਾਂ ਨਾਰਦਰਨ ਏਰੀਆਜ਼ ਦੇ ਵਿੱਚ, ਤੇ ਉਦੋਂ ਵਾਹਵਾ ਬੜਾ ਪਈ ਸੀ ਤੇ ਬੰਦ ਸਨ ਚੇਅਰ ਲਿਫਟਾਂ ਮਾਲਬ ਜੱਬਾ। ਤੇ ਚਲੋ ਕੋਈ ਨੀ, ਹੁਣ ਜਿਹਾ ਨਾ ਇਨਸ਼ਾਲਾ ਇਹਦਾ ਮਜ਼ਾ ਲੁੱਟਣਾ ਵਾ, ਕੋਈ ਮਸਲਾ ਨੀ ਜਨਾਬ। ਅੱਜ ਆਪਣੀ ਸਲੂ ਪੰਜਾਬੀ ਫੈਮਿਲੀ ਨੂੰ ਜਿਹਾ ਨਾ ਵਹਾੜਾ, ਐ ਕੋਈ ਚੇਅਰ ਲਿਫਟ ਜੇ ਹੁਣ ਇੱਥੇ ਚੇਅਰ ਲਿਫਟ ਤੇ ਬਵਾਂਗਾ। ਠੀਕ ਹੈ, ਐ ਵੇਖੋ ਚੇਅਰ ਲਿਫਟ ਦੇ ਉੱਤੇ ਜਿਹਾ ਨਾ ਮੈਂ ਜਾ ਰਿਹਾ ਵਾ, ਆਏ ਹਾਏ ਕਿਆ ਮਜ਼ਾ ਆ ਰਿਹਾ, ਓਏ ਹਾਏ 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 ਬਿਹਤਰੀਨ, ਆਏ 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 ਮਜ਼ੇ, ਆਏ ਹਾਏ 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 ਕਸਮੇ ਕਿ ਕੋਈ ਹਿਸਾਬ ਨੀ ਮਜ਼ਾ ਆ ਰਿਹਾ ਏ, ਹਾਏ ਠੰਡਾ। ਤੇ ਉਸ ਤੋਂ ਬਾਅਦ ਜਿਹਾ ਨਾ ਇਹ ਤੁਹਾਨੂੰ ਵਹਾਨਾ ਵਾ, ਦੂਸਰੀ ਸਾਈਡ ਨੂੰ ਵਹਾਨਾ ਵਾ, ਤੁਸੀਂ ਵੀ ਚੈੱਕ। ਆਏ ਹਾਏ 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 ਅਲਹਮਦੁਲਿਲਾ ਅਲਹਮਦੁਲਿਲਾ ਅਲਹਮਦੁਲਿਲਾ। ਵੇਖੋ ਜੀ ਇਹ ਸਲੂ ਪੰਜਾਬੀ ਵੇਖ ਲਓ, ਅੱਜ ਤਾਂ ਸਲੂ ਪੰਜਾਬੀ ਫੈਮਿਲੀ ਵੇਖ ਲਓ ਤੁਹਾਡਾ, ਅੱਜ ਸਲੂ ਪੰਜਾਬੀ ਜਿਹਾ ਦਾ ਕਿੱਡਾ ਹੋਸ਼ ਅਲਹਮਦੁਲਿਲਾ, ਐਕਸਾਈਟਮੈਂਟ ਅਲਹਮਦੁਲਿਲਾ, ਇੰਨੀ ਕੁ ਐਕਸਾਈਟਮੈਂਟ ਹੋ ਰਹੀ ਹੈ ਨਾ ਕਿ ਮੈਂ ਕੁਛ ਦੱਸ ਨਹੀਂ ਸਕਦਾ। ਠੀਕ ਹੈ, ਤੇ ਮੈਨੂੰ ਚੱਕਰ ਵੀ ਆ ਰਹੇ ਨੇ, ਡਰ ਵੀ ਲੱਗ ਲਿਆ, ਪਰ ਬਣਾਉਣੀ ਤੇ ਹੈ ਨਾ ਵੀਡੀਓ, ਆਏ ਹਾਏ, ਲੇਕਿਨ ਬਣਾਉਣੀ ਤੇ ਹੈ, ਚੱਕਰਾਂ ਤੋਂ ਬਣਾ ਦਿਆ ਨਹੀਂ ਕਿ ਥੱਲੇ ਖਤਰਾ ਏ। ਯਾ ਯਾ ਯੂਟਿਊਬ, ਹੈਲੋ ਹੈਲੋ ਬਡੀ, ਹਾਊ ਆਰ ਯੂ, ਥੈਂਕ ਯੂ। ਤੇ ਵੇਖਿਆ ਲੋਕੀ ਇੰਜੋਏ ਕਰਦੇ ਨੇ ਯਾਰ, ਆਪਣਾ ਹੀ ਮਜ਼ਾ ਆਏ ਹਾਏ 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 ਓਏ ਓਏ ਹਾਏ 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 ਮਜ਼ੇ ਮਜ਼ੇ ਮਜ਼ੇ। ਐ ਵੇਖੋ ਐ ਹਮ ਉੱਚੀ ਉਚਾਈਓ ਮੈਂ ਉੱਡ ਰਹੇ ਹੈ, ਮੈਂ ਇੱਧਰ ਆਇਆ ਹੂੰ, ਆਏ ਹਾਏ ਮਜ਼ੇ 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 ਮਜ਼ੇ। ਐ ਵੇਖੋ ਚੈੱਕ ਕਰੋ ਯਾਰ, ਮੈਂ ਕਹਿੰਦਾ ਮੈਂ ਜ਼ਿੰਦਗੀ ਚ ਅੱਜ ਤੱਕ ਇੰਨਾ ਮਜ਼ਾ ਨਹੀਂ ਲੁੱਟਿਆ, ਅਸੀਂ ਪਹਿਲੀ ਵਾਰੀ ਅਲਹਮਦੁਲਿਲਾ ਅਲਹਮਦੁਲਿਲਾ ਸਾਲ ਦਾ ਨਵਾਂ ਸਾਲ ਮੇਰੇ ਵਾਸਤੇ ਐਕਸਾਈਟਮੈਂਟ ਆ ਲੈ ਕੇ ਆਇਆ। ਆਏ ਹਾਏ ਉਹ ਰੁਕ ਗਈ ਜੇ ਲਿਫਟ, ਚੇਅਰ ਲਿਫਟ ਰੁਕ ਗਈ ਹੈ, ਆਏ ਹਾਏ ਹਾਏ ਹਾਏ, ਲੇਕਿਨ ਜੋ ਮਜ਼ਾ ਮੈਨੂੰ ਆ ਰਿਹਾ ਨਾ ਮੈਂ ਲਫਜ਼ਾਂ ਚ ਬਿਆਨ ਨਹੀਂ ਕਰ ਸਕਦਾ। ਆਹ ਬਿਲਕੁਲ ਸਕੂਨ ਮਾਹੌਲ, ਸਕੂਨ ਮਾਹੌਲ ਆ ਰਿਹਾ, ਸਕੂਨ ਮਾਹੌਲ, ਆਏ ਹਾਏ ਹਾਏ ਹਾਏ। ਤੁਹਾਨੂੰ ਵਹਾਨਾ ਵਾ, ਤੁਸੀਂ ਵੇਖੋ ਯਾਰ, ਮੈਨੂੰ ਲਫ਼ਜ਼ ਹੀ ਨਹੀਂ ਆ ਰਿਹਾ ਕਿ ਮੈਂ ਕਿੰਨਾ ਖੁਸ਼ ਹਾਂ। ਲਓ ਜੀ ਇਹ ਵੇਖੋ ਹੁਣ ਮੈਂ ਆ ਗਏ ਹਾਂ, ਠੀਕ ਹੈ, ਲੇਕਿਨ ਇੱਥੋਂ ਹੁਣ ਭੋਂ ਕੇ ਦੁਬਾਰਾ ਜਿਹਾ ਨਾ ਇੱਕ ਹੋਰ ਚੱਕਰ ਲੱਗੇਗਾ। ਠੀਕ ਹੈ, ਅਤੇ ਮੈਂ ਅੱਲਾ ਪਾਕ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਲਾ ਪਾਕ ਨੇ ਜਿਹਾ ਨਾ ਜ਼ਿੰਦਗੀ ਦੇ ਵਿੱਚ ਬੜੇ ਲਮਹਾਤ ਆਉਂਦੇ ਨੇ ਯਾਰ, ਲੇਕਿਨ ਅਸੀਂ ਲੋਕ ਜਿਹੜੇ ਆ ਨਾ ਛੋਟੀਆਂ ਛੋਟੀਆਂ ਜਿਹੜੇ ਨਾ ਦੁੱਖ ਲੈ ਕੇ ਉਹ ਬਹਿ ਜਾਂਦੇ ਆ। ਠੀਕ ਹੈ, ਜ਼ਿੰਦਗੀ ਨੂੰ ਅੱਗੇ ਇੰਜੋਏ ਨਹੀਂ ਕਰਦੇ ਆ। ਉਹ ਕਿਸੇ ਨੇ ਕਿਹਾ ਹੈ ਨਾ ਕਿ ਅੱਜ ਦਾ ਦਿਨ ਜਿਹੜਾ ਤੁਸੀਂ ਇੰਜੋਏ ਕਰੋ, ਅਤੇ
अगला अगे वेख जाएगा ठीक है। लेकिन मैं भी ए गल है मैं फ्यूचर वास्ते भी बड़ा सोचता रहना वा सोचना चाहिए है। लेकिन यह नहीं कि अपने आप के उत्ते जो ना बर्डन नहीं पा लेगा ठीक है। कहो गए सू पंजाबी जाना वो बन गया है मोटिवेशनल स्पीकर बन गया है ऐसी कोई गल नहीं है। लेकिन गल तुहाना एक मिनट है गल फिर कटी जा रहे हैं ऊंचाइयों पे उड़ते ही जा रहे हैं आए हाय 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 थले पुड़ा उची जी है बड़ी उची है आए हाय 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 मजा आ गया ऐसे सामने जाना बंदे स्केटिंग वगैरह कर देने पे ठीक है स्केटिंग वगैरह कर देने ठीक है। वेखो जिन्हों नहीं ना चलानी आती है स्केटिंग वो जनाब उन्हें रस्सियां पाइया ने रस्सियां पा के वो जाके जनाब स्केटिंग कर सकता है ठीक है। तली वेखो ए चीज आ मैं तो हूं कला वा तद जाना कोई होर बना नहीं सकता है वीडियो नहीं तो इस टाइम मैं अपने मादे नु मिस कर रहा वा ठीक है उन्होंने बहाना। लेकिन आप पता जे उन्हें मैं दसिया नहीं है कि मैं इसकी दुबई जा रहा वा वो इस वजह तो बेचारा अलैन फसिया वे वह अबूधाबी आए नवे रूल शुरू किए ने ना तो वजह न करोना टेस्ट कराने तो बगैर नहीं से आ सकते तो ऐ है ए वेखो ए थले बंदा स्केटिंग कर रहा स्पीड हो जाती है कभी लो हो जाती है आह अलहमदुल्ला 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 बड़ा मजा आ रहा है बंद ए वेखो बंदे जे ना पूरे जे ना थले आ रहे ने ठीक है। मेरा तो नवा साल जो ना बड़ा कमाल ना चढ़िया अलहमदुल्ला के पहला ही दिन इंजॉयमेंट का अलहमदुल्ला अल्लाह का शुक्र है। हुण वेखो अगू जिंदगी दे विच किन्ने कु नजारे आते हैं 2022 दे विच ठीक है 2021 तो बस अल्लाह पाक अबू नू जन्नता च जगह दे ठीक है तो उस बाद नानी अम्मी नू भी जन्नता च जगह दे 2021 दे विच जिहड़ा ना बड़ा नुकसान होया है वो कोई पूरा अजाला का कोई कर नहीं सकता। लेकिन असी की आ मुसलमान आ सानू जिहड़ा ना उहदे नाल अपना साडा ईमान है कि सानू जिहड़ा ना अलहमदुल्ला अल्लाह पाक दी रहमत दे नाल जिहड़ा ना सानू सोचना चाहिए ठीक है तो उहदी रज़ा नाल राजी रहना चाहिए ठीक है। अल्लाह पाक मेरे जिन्ने भी भैन भरा दे अम्मी अबू फोत हो गए ने ते जिन्ने भी मुसलमान भरा भैन भरा जिन्ने भी फोत हो गए ने अल्लाह पाक उन्होंने जन्नता की जगह दे ठीक है ते अल्लाह पाक उन्हें रहमत करे सब दे उते ते ए वेखो सारे लोग जाना जा रहे ने हेलो ते वेख्या मजा आ रहा यार बहुत मजा आ रहा बहुत मजा आ रहा बहुत 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 ही मजा आ रहा। देखो मैं बूट अपने बहाना ए है मैं थले डरदा वेदा नहीं पे क्योंकि मेनू जो है ना उचाई का जो है ना फोबिया वे तो मैं थले डरदा वेदा नहीं पे कि चक्कर ना आ गया डिगना पा डिगता दे रही क्योंकि इतने बड़ी उन्होंने सेफ्टी मैयर मैं बड़े जो ना सेफ्टी तरीके जाना बढ़ाया है देखो ए जी ए है ए है ए है ए है ए है ए हूं असि थले जा रहे अगे ऊंचाई तो जा रहे हाँ हूं असि थले जा रहे आए हाय 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 यार मजा आ रहा अलहमदुल्ला अलहमदुल्ला स्केटिंग कर दे थले जान गे बंदा ने जा रहा है बंदा थले जा रहा है यार अपने मजा पर मैं बड़ा डरना वा मेरे को नहीं हो सकती है कदी सीधी गल हो सकती है लेकिन ना आए हाय हाय वो वेखो क्या कमाल दी स्पीड दे नाल गए ने एक ऐ भी है आ मेरा हाथ ठर गया जे ठर गया हेलो हेलो वेखो लोग इंजॉय कर दे रहे हैं वेखो बंदा जे ना नाल जे ना वो लेके आया है हेलो हैप्पी न्यू ईयर बंदा ना लैके आया ए टूप धून बेगा थले आएगा झकीसी लैंद थले आएगा लोग इंजॉय कर देने पे सही हेलो हबीबी मजा आ गया मजा आ गया मजा हूं तुसी भी थोड़ा हरा इंजॉय करो हूं मैं भी करना वा
ਦੇਖਿਆ ਲੋਕੀ ਜਾ ਰਹੇ ਨੇ ਇਹਨਾਂ ਨੇ ਪਾਈ ਆ ਰਹੇ ਸਕੇਟਿੰਗ ਸ਼ੂਜ਼ ਠੀਕ ਹੈ ਤੂੰ ਜਾ ਕੇ ਸਕੇਟਿੰਗ ਕਰਨਗੇ ਉਹ ਵੇਖੋ ਦੂਸਰਾ ਉਹ ਵੀ ਜੇ ਉਹ ਕੀ ਕਹਿੰਦੇ ਨੇ ਕੀ ਯਾਰ ਮੈਨੂੰ ਭੁੱਲ ਗਿਆ ਜ਼ਿਪ ਲਾਈਨ ਵੇਖਦੇ ਹਾਂ ਅਗਰ ਉਹਨਾਂ ਨੇ ਉੱਥੇ ਵੀ ਹੈ ਕੋਈ ਚੱਕਰ ਹੈ ਤਾਂ ਜਾ ਕੇ ਜ਼ਿਪ ਲਾਈਨ ਲੈਂਦੇ ਹਾਂ ਲਓ ਜੀ ਅਸੀਂ ਆ ਗਏ ਜੇ ਹੈਲੋ Hello, how are you? Yeah. Happy New Year, my dear. Yeah, that's it. Thank you. Yeah. Thank you. Oh, yeah, this is a chair lift. Lil, ye. Bada maza aaya. Theek hai. Pura dekho, aa pichle hi aave. Exit hai. Kad dafa hi ho bar. Bar jata wa. Ja ke ho tan ho jana. Jo bhi hai tan bahana wa. Aiyo. ਲੋ ਜੀ ਇਹ ਵੇਖੋ ਇਹਨਾਂ ਬਕਾਇਦਾ ਜਿਹੜਾ ਨਾ ਇੱਕ ਪੂਰਾ ਮਾਹੌਲ ਬਣਾਇਆ ਆਦ ਹੈ ਕਿ ਇਹ ਅਸਲੀ ਜੇ ਨਾ ਅਸਲੀ ਉਹ ਲਾਏ ਜੇ ਕ੍ਰਿਸਮਿਸ ਟ੍ਰੀ ਜੋ ਹੈ ਨਾ ਅਸਲੀ ਉਹ ਵੇ ਠੀਕ ਹੈ ਪਰ ਪਾਕਿਸਤਾਨ ਦੇ ਸਿੰਬਲ ਦਾ ਟ੍ਰੀ ਕਹਿੰਦੇ ਨੇ ਇਹਨੂੰ ਠੀਕ ਹੈ ਜੇ ਸਾਡੇ ਪਹਾੜੀ ਇਲਾਕੇ 'ਚ ਨਹੀਂ ਦਰਖਤ ਲੱਗੇ ਹੁੰਦੇ ਇੰਝ ਦੇ ਕਿਆ ਕਮਾਲ ਦਾ ਜਿਹੜਾ ਸੀਨ ਬਣਾਇਆ ਅਤੇ ਇਹ ਵੇਖੋ ਇਹ ਦੂਸਰੀ ਸਾਈਡ ਜਿਹੜੇ ਨਾ ਮਾਲ ਹੈ ਇਹ ਮਾਲ ਆਫ ਐਮਰੇਟਸ ਹੈ ਠੀਕ ਹੈ ਬੱਚੇ ਜੇ ਨਾ ਘੀਸੀਆਂ ਲੈ ਰਹੇ ਨੇ ਤੁਹਾਨੂੰ ਵਿਖਾਉਣਾ ਇਹ ਵੇਖੋ ਇਹ ਇੱਕ ਬੱਚਾ ਹੁਣ ਤਾਂ ਵੇਗਾ ਠੀਕ ਹੈ ਤੂੰ ਪੂਰੀ ਘੀਸੀ ਥੱਲੇ ਜਾਏਗੀ ਟਿੱਕਾ ਮਾਰ ਗੋ ਕਿਆ ਕਮਾਲ ਦੀ ਚੀਜ਼ ਹੈ ਕੀ ਚੀਜ਼ ਬਣਾਈ ਨੇ ਨਾ ਇੱਕ ਬ੍ਰਿਜ ਬਣਾਇਆ ਹੈ ਪੁਲ ਬਣਾਇਆ ਹੈ ਠੀਕ ਹੈ ਪੂਰੀਆਂ ਰੱਸੀਆਂ ਲਾਈਆਂ ਨੇ ਰੱਸੀਆਂ ਦਾ ਜਿਹੜਾ ਪੁੱਲ ਬਣਾਇਆ ਹੈ ਕਿਆ ਕਮਾਲ ਦਾ ਜਿਹੜਾ ਨਾ ਬੱਚਾ ਰੋ ਰਿਹਾ ਐ ਵੇਖੋ ਹੁਣ ਅਸੀਂ ਮੈਂ ਜਿਹੜਾ ਥੱਲੇ ਜਾ ਰਿਹਾ ਵਾ ਠੀਕ ਹੈ ਪੂਰਾ ਇੱਕ ਨਾ ਪੂਰਾ ਪਲੈਨ ਕੀਤਾ ਯਾਰ ਇਹਨਾਂ ਨੇ ਕਿ ਮਜ਼ਾ ਆ ਰਿਹਾ ਵੇਖੋ ਲਿਖਿਆ ਦਾ ਸਨੋ ਪਾਰਕ ਵੇਖਿਆ ਲਿਖਿਆ ਸਨੋ ਪਾਰਕ ਠੀਕ ਹੈ ਇੱਥੇ ਹੁਣ ਮੈਂ ਜਾਣਾ ਜਾ ਕੇ ਮੈਂ ਵੀ ਇੱਥੇ ਜਾਣਾ ਲਿਆਂਗਾ ਉਹਦੇ ਵਿੱਚ ਜਾਂ ਟੂਬ ਦੇ ਵਿੱਚ ਨਾ ਬਹਿ ਕੇ ਅਤੇ ਘੀਸੀ ਲਾਂਗਾ ਇਨਸ਼ਾਲਾ ਹੁਣ ਮੈਂ ਵਿਖਾਉਣਾ ਤੁਹਾਨੂੰ ਲਓ ਜੀ ਇਹ ਵੇਖੋ ਅਸਲੀ ਬਰਫ ਹੈ ਇਹ ਵੇਖੋ ਅਸਲੀ ਬਰਫ ਹੈ ਅਜੇ ਪੂਰਾ ਟੈਂਪਰੇਚਰ ਬਣਾਇਆ ਹੈ ਨਾ ਜਿੰਝ ਫਰਿੱਜ਼ ਇੱਦਾਂ ਹੁਣ ਤੁਸੀਂ ਅਸੀਂ ਕਹਿੰਦੇ ਹਾਂ ਫਰਿੱਜ ਦੇ ਵਿੱਚ ਜਾਣਾ ਟੈਂਪਰੇਚਰ ਬਣਾਇਆ ਹੈ ਠੀਕ ਹੈ ਜਿੰਝ ਉਤਲਾਹਾਨਾ ਨਹੀਂ ਹੁੰਦਾ ਉਹਦਾ ਟੈਂਪਰੇਚਰ ਲੈਦਾ ਹੁੰਦਾ ਥੱਲੇ ਦਾ ਲੈਦਾ ਹੁੰਦਾ ਇਹ ਵੇਖੋ ਬੱਚੇ ਖੇਡ ਰਹੇ ਨੇ ਠੀਕ ਹੈ ਬੱਚੇ ਖੇਡ ਰਹੇ ਵੇਖੋ ਉਹਨਾਂ ਨੇ ਓਵਰ ਕੋਟ ਪਾਏ ਨੇ ਠੀਕ ਹੈ ਮੈਂ ਵੇਖਿਓ ਮੈਂ ਤੁਹਾਨੂੰ ਵਿਖਾਉਂਦਾ ਵਾ ਮੈਂ ਪੈਰਾਂ ਦੇ ਨਾਲ ਖੇਡਣਾ ਵੇਖੋ ਇਹਨੇ ਇੱਥੇ ਲਿਖਿਆ ਹੈ ਕਲੈਕਟ ਸਨੋ ਟਿਊਬਸ ਹੇਅਰ ਕਿ ਆਪ ਵੀ ਜਿਹੜਾ ਤੁਸੀਂ ਸਨੋ ਵਾਲੀ ਜਿਹੜੀ ਟਿਊਬ ਹੈ ਨਾ ਇਹ ਵੇਖੋ ਇਹ ਵੇਖੋ ਇਹ ਅੱਜ ਬਹਿ ਕੇ ਤੁਸੀਂ ਇੱਥੇ ਜਾਣਾ ਲਵੋ ਠੀਕ ਹੈ ਇੱਥੇ ਲੈ ਕੇ ਉੱਤੋਂ ਫਿਰ ਛਾਲ ਮਾਰੋ ਥੱਲੇ ਠੀਕ ਹੈ ਲਓ ਜੀ ਇਹ ਵੇਖੋ ਜੇ ਨਾ ਮੈਂ ਹੁਣ ਟਿਊਬ ਲੈ ਕੇ ਤੇ ਘੀਸੀ ਲੈਣ ਲੱਗਾ ਵਾ ਤੇ ਤੁਹਾਨੂੰ ਵਿਖਾਉਂਦਾ ਵਾ ਉਹ ਆਇਓ ਲਓ ਜੀ ਲਓ ਜੀ ਹਾਂਜੀ ਜਿਪ ਲਾਈਨ ਹੁੰਦੀ ਹੈ ਨਾ ਜਿਹੜੀ ਤਾਰ ਦੇ ਨਾਲ ਲਮਕੇ ਆਉਂਦੇ ਨੇ
ਠੀਕ ਹੈ ਮੈਂ ਕਦੀ ਜ਼ਿੰਦਗੀ 'ਚ ਲਿਆ ਤਾਂ ਕੋਈ ਨਹੀਂ ਹੈ ਮੈਨੂੰ ਡਰ ਵੀ ਆ ਰਿਹਾ ਪਰ ਐਕਸਾਈਟਮੈਂਟ ਵੀ ਹੋ ਰਹੀ ਹੈ ਕਿ ਐਡਵੈਂਚਰ ਕਰਨਾ ਅਤੇ ਮੈਂ ਜਿਹੜਾ ਜ਼ਿਪ ਲਾਈਨ ਵੀ ਲੈ ਰਿਹਾ ਵਾਂ ਅਤੇ ਤੁਹਾਨੂੰ ਵਹਾਨਾ ਵਾ ਉੱਥੇ ਜਾ ਰਿਹਾ ਵਾਂ ਫਿਰ ਉੱਥੋਂ ਜਿਹਾ ਨਾ ਬਣਾ ਕੇ ਵੀਡੀਓ ਬਣਾ ਕੇ ਆਏ ਗਲੇ ਹੱਥ 'ਚ ਨਹੀਂ ਨਾ ਫੜ ਸਕਦਾ ਕਿਉਂਕਿ ਬੜੀ ਸਪੀਡ 'ਤੇ ਆਉਣੀ ਹੈ ਤੁਹਾਨੂੰ ਵਹਾਨਾ ਵਾ ਤੁਸੀਂ ਵੇਖੋਗੇ ਮੈਂ ਕਿਵੇਂ ਜਾ ਰਿਹਾ ਵਾਂ ਠੀਕ ਹੈ ਮੈਂ ਨਾ ਜ਼ਿਪ ਲਾਈਨ ਲਈ ਹੈ ਠੀਕ ਹੈ ਉਹ ਸਿਰਫ ਮੇਰਾ ਅਗਰ 3 ਕਿਲੋ ਵਜ਼ਨ ਬਹੁਤਾ ਹੁੰਦਾ ਨਾ ਅਤੇ ਉਹਨਾਂ ਨੇ ਮੈਨੂੰ ਜੇ ਨਾ ਇਜਾਜ਼ਤ ਨਹੀਂ ਸੀ ਦੇਣੀ ਹੈ ਜੇ ਨਾ ਲੈਣ ਦੀ ਲੇਕਿਨ ਬੜਾ ਕਮਾਲ ਦਾ ਮਜ਼ਾ ਆਇਆ ਚਲੋ ਸ਼ੁਕਰ ਹੈ ਉਹ ਪਤਾ ਨਹੀਂ ਹੁਣ ਫਿਰ ਵੱਧ ਜਾਣਾ ਵਜ਼ਨ ਕਿ ਨਹੀਂ ਫਿਰ ਪਤਾ ਨਹੀਂ ਲਿਆ ਜਾਣਾ ਕਿ ਨਹੀਂ ਮੈਂ ਚਲੋ ਮੌਕੇ ਦਾ ਫਾਇਦਾ ਚੁੱਕੀਏ ਅਤੇ ਲਈਏ ਅਤੇ ਕਿਆ ਮਜ਼ਾ ਆਇਆ ਕਿੱਦਾਂ ਦੱਸ ਨਹੀਂ ਸਕਦਾ ਕਿਆ ਕਮਾਲ ਦਾ ਮਜ਼ਾ ਆਇਆ ਹੈ ਠੀਕ ਹੈ ਅਤੇ ਇੱਕ ਅਜੀਬ ਜਿਹਾ ਨਾ ਫੀਲਿੰਗ ਆ ਰਹੀ ਹੈ ਅਤੇ ਹੋਰ ਵੀ ਹਲੇ ਹੁਣ ਥੋੜ੍ਹਾ ਸਾਰਾ ਹੀ ਹੋਰ ਮੈਂ ਤੁਹਾਨੂੰ ਵਹਾਨਾ ਵਾਂ ਦੋ ਚਾਰ ਹੋਰ ਚੀਜ਼ਾਂ ਅਤੇ ਫਿਰ ਜਿਹਾ ਨਾ ਨਿਕਲੀ ਹੈ ਬੜੀ ਠੰਡ ਲੱਗ ਜਾਂਦੀ ਹੈ ਬਹੁਤ ਜ਼ਿਆਦਾ ਠੰਡ ਹੈ ਇਹ ਵੇਖੋ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਠੀਕ ਹੈ ਪੂਰੇ ਜਿਹਾ ਨਾ ਉਹ ਦਰਖਤ ਬਣੇ ਨੇ ਓਰੀਜਨਲ ਦਰਖਤ ਨੇ ਅਤੇ ਉਹਨਾਂ ਦੇ ਉੱਤੇ ਜਿਹਾ ਨਾ ਬਰਫ਼ ਪੈ ਰਹੀ ਹੈ ਠੀਕ ਹੈ ਬਰਫ਼ ਪਈ ਦੀ ਹੈ ਜੰਮੀ ਦੀ ਹੈ ਬਰਫ਼ ਕਿਆ ਕਮਾਲ ਦਾ ਇੱਕ ਜਿਹਾ ਨਾ ਲਹਿਦਾ ਸੀਨ ਹੈ ਠੀਕ ਹੈ ਬੜਾ ਮਜ਼ਾ ਆਇਆ ਵੇ ਠੀਕ ਹੈ ਲੈ ਇੰਜੋਇਮੈਂਟ ਕਰ ਰਿਹਾ ਵਾਂ ਨਾਲ ਮੂੰਹ 'ਚੋਂ ਧੂੰਆਂ ਵੀ ਨਿਕਲਦੇ ਆ ਆਵੇ ਪਿਆ ਠੀਕ ਹੈ ਅਤੇ ਇੱਕ ਮੈਂ ਕਹਿੰਦਾ ਵਾਂ ਜ਼ਿੰਦਗੀ ਦਾ ਸਭ ਤੋਂ ਜਿਹੜਾ ਕਮਾਲ ਦਾ ਜਿਹੜਾ ਨਾ ਐਡਵੈਂਚਰ ਜਿਹੜਾ ਨਾ ਅੱਜ ਮੈਂ ਕੀਤਾ ਹੈ ਠੀਕ ਹੈ ਮੈਨੂੰ ਬੜਾ ਮਜ਼ਾ ਆਇਆ ਅਤੇ ਹੁਣ ਮੈਂ ਹਲੇ ਹੋਰ ਵੀ ਵਹਾਨਾ ਵਾ ਤੁਹਾਨੂੰ ਚੀਜ਼ਾਂ ਮੈਨੂੰ ਨਾ ਜ਼ਿਆਦਾ ਕੀ ਨਾ ਇਸ ਕੀ ਦੁਬਈ ਦੀ ਜਿਹੜੀ ਨਾ ਸਭ ਤੋਂ ਵੱਡੀ ਜਿਹੜੀ ਮਜ਼ੇ ਦੀ ਗੱਲ ਆਈ ਹੈ ਨਾ ਉਹ ਇਹ ਆਈ ਹੈ ਕਿ ਇੱਕੋ ਵਾਰੀ ਤੁਸੀਂ ਪੇ ਕਰੋ ਫਿਰ ਉਸ ਤੋਂ ਬਾਅਦ ਤੁਸੀਂ ਕੋਈ ਪੇ ਨਹੀਂ ਕਰਨਾ ਹੈ ਤੁਸੀਂ ਜਿਹੜਾ ਨਾ ਜਿੰਨਾ ਮਰਜ਼ੀ ਇੱਥੇ ਜਿਹੜੇ ਉਸ ਚੇਅਰ ਲਿਫਟ ਹੈ ਉਸ ਤੋਂ ਬਾਅਦ ਜ਼ਿਪ ਲਾਈਨ ਹੈ ਉਸ ਤੋਂ ਬਾਅਦ ਟਿਊਬ ਹੈ ਉਸ ਤੋਂ ਬਾਅਦ ਜੋ ਵੀ ਹੈ ਨਾ ਜਿੰਨੇ ਵੀ ਐਡਵੈਂਚਰ ਅੰਦਰ ਨੇ ਤੁਸੀਂ ਜਿਹੜਾ ਨਾ ਲੈ ਸਕਦੇ ਹੋ ਤੁਹਾਨੂੰ ਕੋਈ ਐਕਸਟਰਾ ਪੇ ਕਰਨ ਦੀ ਲੋੜ ਨਹੀਂ ਇੱਕੋ ਟਾਈਮ ਕਿਉਂ ਇਹਨਾਂ ਧੋਖਾ ਨਹੀਂ ਹੈ ਕਿ ਮੈਂ ਗਿਆ ਹੈ ਨਾ ਪਾਕਿਸਤਾਨ ਉੱਥੇ ਭਾਈ ਜਾਣ ਘੋੜੇ ਨੂੰ ਲਹਿਦਾ ਦੇਵੋ ਟਿਊਬ ਨੂੰ ਲਹਿਦਾ ਦੇਵੋ ਹਰ ਕਿਸੇ ਨੂੰ ਲਹਿਦਾ ਦੇਵੋ ਅਤੇ ਮੇਰਾ ਕਿਸੇ ਨੂੰ ਇਹ ਮਕਸਦ ਨਹੀਂ ਹੈ ਕਿ ਸਾਡਾ ਮੁਲਕ ਗਲਤ ਹੈ ਮਾਸ਼ਾਅੱਲਾ ਉੱਥੇ ਵੀ ਬੜਾ ਮਜ਼ਾ ਆਇਆ ਸੀ ਲੇਕਿਨ ਇਹਦਾ ਇੱਕ ਜਿਹਾ ਨਾ ਇੰਜੋਇਮੈਂਟ ਹੀ ਲੈਦਾ ਹੈ ਠੀਕ ਹੈ ਅਤੇ ਮੈਂ ਇੰਜੋਏ ਕਰ ਰਿਹਾ ਵਾਂ ਆਪਣੀ ਸਲੂ ਪੰਜਾਬੀ ਫੈਮਲੀ ਨੂੰ ਵੀ ਵਹਾਨਾ ਵਾਂ ਐਂ ਵੇਖੋ ਧੂੰਆਂ ਵੀ ਨਿਕਲ ਰਿਹਾ ਮੂੰਹ 'ਚੋਂ ਠੀਕ ਹੈ ਉਹਦੇ ਵਿੱਚ ਹੀ ਪਾਰਕ ਦੇ ਵਿੱਚ ਰੈਸਟੋਰੈਂਟ ਵਗੈਰਾ ਵੀ ਬਣਾਏ ਨੇ ਕਾਫੀ ਸ਼ਾਪ ਬਣਾਈ ਹੈ ਕਿ ਲੋਕ ਜੇ ਹੈ ਨਾ ਕਿ ਕਾਫੀ ਵੀ ਪੀ ਸਕਣ ਠੰਡ ਨੂੰ ਜੇ ਹੈ ਨਾ ਰਿਲੀਜ਼ ਕਰ ਸਕਣ ਠੀਕ ਹੈ ਆਏ ਹਾਏ ਮਜ਼ਾ ਆਉਂਦਾ ਮਜ਼ਾ ਸਹੀ ਮਜ਼ਾ ਇਹ ਵੇਖੋ ਹੁਣ ਮੇਰੇ ਨਾ ਪਿੱਛੇ ਨਾ ਪੂਰੀ ਬਰਫ਼ ਦੀ ਜਿਹੜੀ ਹੈ ਨਾ ਗਾਰ ਬਣਾਈ ਦੀ ਹੈ ਠੀਕ ਹੈ ਆਓ ਮੈਂ ਆਪਣੀ ਸਲੂ ਪੰਜਾਬੀ ਫੈਮਲੀ ਨੂੰ ਜੇ ਨਾ ਗਾਰ ਵਿਖਾਉਂਦਾ ਵਾਂ ਬਰਫ਼ ਵਾਲੀ ਅਤੇ ਆਓ ਅੰਦਰ ਤਸਵੀਰਾਂ ਵੀ ਲੈ ਰਹੇ ਨੇ ਠੀਕ ਹੈ ਅਤੇ ਤੁਹਾਨੂੰ ਵੀ ਵਿਖਾਉਂਦਾ ਵਾਂ ਆਇਓ ਦੱਸਿਆ ਸੀ ਨਾ ਕਿ ਉੱਥੇ ਸਟੋਰ ਬਣਿਆ ਸੀ ਜਿਹਦੇ ਵਿੱਚ ਜਿਹਾ ਨਾ ਕਿ ਇੱਥੋਂ ਤਸਵੀਰਾਂ ਲੈਂਦੇ ਨੇ ਤਸਵੀਰਾਂ ਬਣਾਉਂਦੇ ਨੇ ਅਤੇ ਅੰਦਰ ਜਾ ਬਾਹਰ ਜਾ ਕੇ ਨਾ ਹਾਰਡ ਕਾਪੀ ਦਿੰਦੇ ਨੇ ਠੀਕ ਹੈ ਅਤੇ ਉਹ ਜਿਹਾ ਨਾ ਲੈ ਰਹੇ ਨੇ ਇੱਥੇ ਤਸਵੀਰਾਂ ਲੈਂਦੇ ਨੇ ਲਾਈਕ ਸਟੂਡੀਓ ਟਾਈਪ ਹੈ ਅਤੇ ਤਸਵੀਰਾਂ ਲੈਂਦੇ ਨੇ ਇੱਥੇ ਅਤੇ ਹੁਣ ਅਸੀਂ ਤਾਂ ਨਹੀਂ ਲੈਣੀਆਂ ਲੇਕਿਨ ਜਿਹੜੇ ਲੋਕ ਲੈਂਦੇ ਨੇ ਉਹ ਫਿਰ ਬਾਹਰ ਜਾ ਕੇ ਜਿਹੜਾ ਨਾ ਉਹਦੀ ਹਾਰਡ ਕਾਪੀ ਕਰਦੇ ਨੇ ਇਹ ਹਜੇ ਹੁਣ ਜਿਹਾ ਨਾ ਸਕੀ ਦੁਬਈ ਹੁਣ ਚੱਲ ਰਿਹਾ ਬਾਹਰ ਕਾਫੀ ਠੰਡ ਹੋ ਗਈ ਹੈ ਮੈਨੂੰ ਤਾਂ ਬੜੀ ਠੰਡ ਲੱਗਣ ਦਈ ਹੈ ਬਈ ਜੀ ਆ ਹੁਣ ਮੈਂ ਜਿਹਾ ਨਾ ਸਕੀ ਦੁਬਈ ਦੀ ਜਿਹੜੀ ਨਾ ਐਗਜ਼ਿਟ ਹੈ ਅਤੇ ਉੱਥੋਂ ਬਾਹਰ ਜਾ ਰਿਹਾ ਵਾਂ ਜਾ ਕੇ ਕੱਪੜੇ ਵਗੈਰਾ ਚੇਂਜ ਕਰਨੇ ਆ ਠੀਕ ਹੈ ਅਤੇ ਫਿਰ ਜਿਹਾ ਨਾ ਕੱਪੜੇ ਚੇਂਜ ਕਰਕੇ ਅਤੇ ਫਿਰ ਮਿਲਣਾ ਵਾ ਤੁਹਾਨੂੰ ਮੈਨੂੰ ਤਾਂ ਬੜਾ ਕਮਾਲ ਦਾ ਐਕਸਪੀਰੀਅੰਸ ਹੋਇਆ ਵੇ ਬੜਾ ਮਜ਼ਾ ਆਇਆ ਲਓ ਜੀ ਮੈਂ ਹੁਣ ਆਪਣੀ ਪੁਰਾਣੀ ਹਾਲਤ ਦੇ ਵਿੱਚ ਆ ਗਿਆ ਵਾਂ ਠੀਕ ਹੈ ਐਂ ਵੇਖੋ ਹੁਣ ਆਲਰੇਡੀ ਜਿਹਾ ਨਾ ਬੜਾ ਇੰਜੋਏ ਹੋ ਗਿਆ ਹੁਣ ਜਿਹਾ ਨਾ ਮੈਂ ਜਾ ਰਿਹਾ ਵਾਪਸ ਠੀਕ ਹੈ ਹੁਣ ਦਵੋ
ਮੈਨੂੰ ਰੱਖੋ ਆਪਣੀਆਂ ਦੁਆਵਾਂ 'ਚ ਯਾਦ ਦਵੋ, ਸਲੂ ਪੰਜਾਬੀ ਨੂੰ ਇਜਾਜ਼ਤ, ਅਤੇ ਮੈਨੂੰ ਰੱਖੋ ਦੁਆਵਾਂ 'ਚ ਯਾਦ, ਹੋਸ਼ ਰਵੋ, ਹੱਸਦੇ ਵੱਸਦੇ ਰਵੋ, ਅੱਲਾ ਪਾਕ ਤੁਹਾਡੇ 'ਤੇ ਵੀ ਰਹਿਮਤ ਕਰੇ, ਮੇਰੇ 'ਤੇ ਵੀ ਰਹਿਮਤ ਕਰੇ, ਅਤੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤਾਂ ਕਿ ਇਸ ਸਫ਼ਰ ਨੂੰ ਮੈਂ ਹੋਰ ਅੱਗੇ ਲੈ ਕੇ ਤੁਰ ਸਕਾਂ, ਹੋਰ ਅੱਛੇ ਤੁਹਾਨੂੰ ਜਾਣਾ ਐਡਵੈਂਚਰ ਵਿਖਾ ਸਕਾਂ। ਪਾਕਿਸਤਾਨ ਜ਼ਿੰਦਾਬਾਦ।